स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड सैदोके पिंड निहाल सिंह वाला तहसील का ते दोस्तों मोगे जिले का पिंड है। मेरे ख्याल च गावां जदों वेखियां तुसीं वीडियो शुरू हुई है तो जिहड़े वीर पहलां तो चैनल नाल जुड़े है उन्होंने ये गावां देख के समझ लिया होगा भी वीडियो किहड़े घर दे विचों बना रहे हैं। दोस्तों इत्थों जदों भी वीडियो बनाई दी है खास करके एच एफ गावां दी वीडियो बनती है कुछ क वीडियो जिहड़ियां उह गर्मी दे विच मझां दीआं बणीआं सी पर हुण कुछ टाइम तो जिहड़ियां उह लगातार आपां गावां दीआं वीडियो बना रहे हैं क्योंकि उस तों बाद च गावां ही आउंदीआं रहिणीआं वीर कोल तो टॉप दीआं तुहानूं एच एफ गावां दिखाईआं ते इहनां दे विचों तुहानूं पंजाब दिसूगा। कारण इह दोस्तों एच एफ दे उत्ते पंजाब ने इन्ना क कम कीता वी ना तां इहदे वर्गीआं गावां जिहड़ीआं उह होर किसे स्टेट च पैदा होईआं ते ना ही दुध इन्ना जिन्ना होर स्टेट दे विच एच एफ गाने दिता। धन्नवाद है पी डी एफ ए वर्गी संस्था का जी ने मेहनत की सीमन जिहड़े प्रोवाइड कराए किसान वीरां नूं ते फार्मरां ने भी दोस्तों मेहनत करके जिहड़ा उह इदां दे नगीने तैयार किए ते इस घर चों तुहानूं हरेक वार इदां दीआं टॉप दीआं गावां ही दिखाउणे आ जदों भी वीडियो बनाउण आईए। अज भी तुहानूं कुल नाग दोस्तों इस टाइम जिहड़े इत्थे सत्त दिखा देणे आ सत्त नाग है हालांकि पशु होर भी आउंदे रहिंदे आ बाई कोल अठवीं गां अंदर खड़ी है ते तीन गावां जगह तंग होण करके वीर ने एक होर वीर दे घरे बद्धियां हुईआं सो 11-12 नग हर टाइम जिहड़े अवेलेबल हुंदे आ इदां दीआं टॉप दीआं एच एफ गावां दे। सो अज वीडियो की शुरुआत आपां इधरों दोस्तों इस गब्बण गां तों करांगे। गावां सारियां ही चंगीआं पर लास्ट दे विच तुहानूं नगीना दिखाउणा बिल्कुल एंड दे विच उहदी वीडियो दिखावांगे। एक गां इहनां चों सूई वी है जिहड़ी इधरों दो नंबर ते है बाकी सारियां ही गब्बण गावां। आओ बाई तो इन्हां बारे जानकारी लैंदे आ। बाई सति श्री अकाल। सति श्री अकाल बाई जी। बाई नाम एक वीर बब्बू अपना नाम जी। ठीक है बब्बू बाई किहड़े एरिए चों लभदा इदां दे नगीने तों? ਇਹਨਾਂ ਬਾਤ ਤੁਰ ਫਿਰ ਕੇ ਲੈ ਲਿਆ ਸਾਰੇ ਪੰਜਾਬ ਚ ਮਾਰਜ ਗਿੜਾ ਜੀ ਹਰ ਮੰਜ ਵੱਡੀ। ਅੱਛਾ ਇਹ ਗਾਵਾਂ ਜਿਹੜੀਆਂ ਆਉਂਦੀਆਂ ਤੇਰੇ ਕੋਲ ਆਉਂ ਦੱਸੀ ਵੀ ਇਹ ਘਰਾਂ ਚੋਂ ਵੀ ਆ ਜਾਂਦੀਆਂ ਕਿ ਫਾਰਮ ਦੀਆਂ ਹੁੰਦੀਆਂ ਜ਼ਿਆਦਾ? ਤੇਰੇ ਲੂਬਾਂ ਦਾ ਇਹਨਾਂ ਚ ਤਾਂ ਕੋਈ ਹੈ ਨਹੀਂ ਜੀ। ਇਹਨਾਂ ਚੋਂ ਹੈ ਨਹੀਂ? ਹਾਂਜੀ ਵੈਸੇ ਆ ਜਾਂਦੀ ਹੈ ਘਰੇ ਵੈਸੇ ਕਦੇ ਆ ਜਾਂਦੀ ਹੈ। ਹਾਂਜੀ ਠੀਕ ਹੈ ਜ਼ਿਆਦਾ ਇਹ ਜਾਨੀ ਫਾਰਮ ਦੀਆਂ ਹੀ ਗਾਵਾਂ ਜ਼ਿਆਦਾ ਫਾਰਮ ਦੀਆਂ ਗਾਵਾਂ। ਹਾਂਜੀ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਬਈ ਗਾਂ ਜਿਹੜੀ ਤੇਰੇ ਨਾਲ ਖੜੀ ਹੈ ਇਹ ਬਾਈ ਜੀ ਪਹਿਲੇ ਨੰਬਰ ਵੱਛੀ ਹੈ ਜੀ। ਪਹਿਲੇ ਸੂਏ? ਹਾਂਜੀ। ਦੰਦੋਂ ਕਿਵੇਂ ਹੈ? ਮੂੰਹ ਤੋਂ ਚੌਕ ਦੇ ਦੰਦ ਕੱਢਦੀ ਆ ਜੇ ਇਹ ਜੀ। ਚੌਕ ਤੇ ਕੱਢਦੀ ਹੈ? ਹਾਂਜੀ ਠੀਕ ਹੈ। ਅੱਛਾ ਕਿੰਨੇ ਕੁ ਦਿਨ ਲੈਂਦੀ ਹੈ ਸੂਣ ਚ? ਦਿਨੇ ਲੈ ਜੂ 10-12 ਦਿਨਾਂ ਦੀ ਵੱਛੀ। 10-12 ਦਿਨ ਹਜੇ ਲੈ ਜੂਗੀ? ਹਾਂਜੀ ਠੀਕ ਹੈ। ਅੱਛਾ ਕੀ ਉਮੀਦ ਹੈ ਦੁੱਧ ਦੀ ਇਹਦੇ ਤੋਂ? ਦੁੱਧ ਬਾਈ ਜੀ ਉਮੀਦ 40 ਪਲੱਸ ਦੀ ਉਮੀਦ ਇਹਦੇ ਹੈਗੀ ਹੈ ਜੀ। 40 ਪਲੱਸ ਦੀ ਖੋਲੀ ਮਾਲ ਸਾਰੇ ਲੱਗ-ਭੱਗ ਵਧੀਆ ਟੌਪ ਦਾ ਮਾਲ ਹੈ ਕੋਈ ਇੱਕ ਕੋਈ ਗਾਂ ਹੋਈ 35-36 ਨੇ ਸਾਰਾ ਮਾਲ 40 ਤੋਂ ਬਾਹਰ ਵਾਲੇ ਹੈ ਜੀ। ਠੀਕ ਹੈ ਖੋਲੀ ਬਾਈ ਇਹਨੂੰ ਦੱਸੋ ਇਹ ਵੀ ਟੌਪ ਦੀ ਵੈੜ ਹੈ ਪਹਿਲਾ ਸੂਆ ਤੇ ਚਾਰ ਦੰਦ ਮੂੰਹ ਦੇ ਵਿੱਚੋਂ ਹੋਈ ਹੈ ਚੌਗ ਵਾਲੇ ਦੰਦ ਕੱਢਦੀ ਹੈ ਹਜੇ ਬਹੁਤ ਸੋਹਣੀ ਵੈੜ ਤੁਹਾਨੂੰ ਦੋਸਤੋ ਇਹ ਮੈਂ ਜਦੋਂ ਤੁਰੂਗੀ ਉਦੋਂ ਤੁਹਾਨੂੰ ਦਿਖਾਊਂਗਾ ਬਹੁਤ ਸੋਹਣੇ ਮੂੰਹ ਮੱਥੇ ਦੀ ਵੈੜ ਹੈ ਰੰਗ ਰੂਪ ਵੀ ਦੇਖਣ ਵਾਲਾ ਕੱਦ ਕਾਠ ਹਰੇਕ ਪੱਖ ਤੋਂ ਦੋਸਤੋ ਟੌਪ ਦੀ ਚੀਜ਼ ਤੇ ਬਹੁਤ ਪਸੰਦ ਕੀਤੀਆਂ ਜਾਂਦੀਆਂ ਇਹ ਗਾਵਾਂ ਜਿਹੜੀਆਂ ਜੰਮੂ ਦੇ ਵਿੱਚ ਜਾਂਦੀਆਂ ਜੰਮੂ ਕਸ਼ਮੀਰ ਤੇ ਜਾਂ ਜਾਂਦੀਆਂ ਦੋਸਤੋ ਗੁਜਰਾਤ ਨੂੰ ਗੱਡੀਆਂ ਭਰ ਕੇ ਪੰਜਾਬ ਦੇ ਵਿੱਚੋਂ ਇਹਨਾਂ ਗਾਵਾਂ ਦੀਆਂ ਨਿਤਾਂਗ ਗੱਡੀਆਂ ਜਾਂਦੀਆਂ ਅਲੱਗ ਅਲੱਗ ਵੀਰਾਂ ਦੇ ਕੋਲੋਂ ਪਰ ਪਸੰਦ ਆਉਣ ਵਾਲੀਆਂ ਚੀਜ਼ਾਂ ਨਗੀਨੇ ਆ ਜਿਹੜਾ ਵੀਰ ਹਾਲਾਂਕਿ ਕੁਝ ਕੁ ਵੀਰ ਇੱਦਾਂ ਦੇ ਵੀ ਹੈ ਵੀ ਜਿਹੜੇ ਫੋਰਨ ਦੇ ਵਿੱਚ ਹੈ ਜਾਂ ਉਹਨਾਂ ਦੇ ਕੋਲ ਘਰੇ ਪਸ਼ੂ ਨਹੀਂ ਰੱਖੇ ਪਰ ਫਿਰ ਵੀ ਜਿਹੜੇ ਸ਼ੌਂਕ ਰੱਖਦੇ ਆ ਤਾਂ ਉਹਨਾਂ ਨੂੰ ਵੀ ਪਸੰਦ ਆਉਣ ਵਾਲੀਆਂ ਇੱਦਾਂ ਦੀਆਂ ਗਾਵਾਂ ਦੇਖ ਕੇ ਦਿਲ ਕਰੂਗਾ ਹਰੇਕ ਦਾ ਵੀ ਘਰ ਦੇ ਵਿੱਚ ਜਿਹੜਾ ਐਚ ਐਫ ਗਾਵਾਂ ਦਾ ਫਾਰਮ ਬਣਾਈਏ ਸੋਹਣੀਆਂ ਵੈੜਾਂ ਬੰਨਦੇ ਬਾਈ। ਸੋ ਇਹ ਵੀ ਵੈੜ ਦੋਸਤੋ ਦੇਖ ਸਕਦੇ ਹੋ ਤੁਸੀਂ ਇਹਦੀ ਖੜਨੀ ਜਿਹੜੀ ਉਹ ਘੋੜੀਆਂ ਵਰਗੀ ਹੈ ਸਟਰਕਚਰ ਉੱਤੋਂ ਦੇਖਣ ਵਾਲਾ ਹਵਾਨਾ ਤਾਂ ਦੋਸਤੋ ਇਹਦਾ ਇਹਨੇ ਕਰਮ ਵਾਲੀ ਨੇ ਪੰਡਾਂ ਵੱਧੀਆਂ ਹੈ ਇੱਦਾਂ ਦਾ ਹਵਾਨਾ ਤਿਆਰ ਕੀਤਾ ਹਾਲਾਂਕਿ ਹਜੇ ਦਿਨ ਹਜੇ ਹੋਰ ਲੈਂਦੀ ਹੈ ਥਣ ਹਜੇ ਉਵੇਂ ਢਿੱਲੇ ਪਏ ਆ ਕੋਈ ਇਹਨਾਂ ਦੇ ਵਿੱਚ ਹਜੇ ਦੁੱਧ ਨਹੀਂ ਇਹਨੇ ਲਾਇਆ ਪਰ ਜੇ ਹਵਾਨਾ ਦੇਖਦੇ ਆ ਤਾਂ ਧੁੰਨੀ ਕੋਲੋਂ ਸ਼ੁਰੂ ਹੋ ਜਾਂਦਾ ਤੇ ਪਿਛਾਂ ਤੱਕ ਦਿਖਾਉਂਦੀ ਹੈ ਬਿਲਕੁਲ ਸਟਰੇਟ ਆ ਦੋਸਤੋ ਉੱਤੋਂ ਕੰਗਰੋੜ ਦੀ ਜੇ ਗੱਲ ਕਰੀਏ ਅੱਗੇ ਇੱਕ ਹੋਰ ਗਾਂ ਬਾਈ ਕੋਲ ਟੌਪ ਦੀ ਜਿਹੜੀ ਇਹ ਗਾਂ ਦੋ ਨੰਬਰ ਤੇ ਬੱਬੂ ਕਹਿਣਾ ਸੀ ਤੀਜਾ ਸੂ ਹੁੰਦੀ ਹੈ ਜੀ ਤੀਜਾ ਸੂਆ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਦਿਨੇ ਵੀ 10-12 ਦਿਨ ਲੈ ਜੂ ਬੈਠ ਜੀ ਇਹ 10-12 ਦਿਨ ਹਜੇ ਲੈ ਜੂਗੀ ਦੁੱਧ ਜਿਹੜੀ ਬਹੁਤ ਸੇਤੀ ਹੈ ਜੀ ਮਾਰਕਟਾਂ ਦੇ ਬੈਜ ਦਰ ਤੋਂ ਕੋਈ ਕਿਹਾ ਪਣੂ ਪਰ ਇਹ ਸੁੰਦੀ ਨਹੀਂ ਪਰ ਟੋ ਚੀਜ਼ ਬਣ ਕੇ ਸੁੰਦੀ ਜੀ ਠੀਕ ਹੈ ਖੋਲੀ ਬਾਈ ਇਹਨੂੰ ਵੀ ਦੋਸਤੋ 42-43 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਜਿੱਥੋਂ ਵੀਰ ਨੇ ਖਰੀਦੀ ਹੈ ਤੇ ਹਵਾਨਾ ਦੇਖ ਕੇ ਤੁਸੀਂ ਵੀ ਜਜਮੈਂਟ ਕਰ ਲਓਗੇ ਵੀ ਦੁੱਧ ਇਹ ਕਿੰਨਾ ਕੁ ਦੇ ਦੂ ਕਿਉਂਕਿ ਮੇਨ ਜਿਹੜਾ ਦੁੱਧ ਦੇਣ ਵਾਲਾ ਕੋਈ ਸਟੋਰ ਕਰਨ ਵਾਸਤੇ ਜੋ ਪਰਮਾਤਮਾ ਵੱਲੋਂ ਦਿੱਤੀ ਕੋਈ ਸਟੋਰੇਜ ਵਾਲੀ ਜਗ੍ਹਾ ਤੋਂ ਇਹਦਾ ਆਰਡਰ ਹੀ ਹੈ ਦੋਸਤੋ ਤੇ ਇਹਦੇ ਥਣ ਦੇ ਸਾਈਜ਼ ਤੋਂ ਵੀ ਪਤਾ ਲੱਗੂਗਾ ਵੀ ਦੁੱਧ ਗਾਂ ਕਿੰਨਾ ਕੁ ਪਾਊਗੀ
ਸਾਈਲੇਜ ਨਾਲ ਪਲੀ ਲੱਗਦੀ ਆ, ਅਚਾਰ ਜਿਹੜਾ ਮੱਕੀ ਦਾ ਪੈਂਦਾ ਰਿਹਾ ਹੋਊਗਾ ਜਿਹੜੇ ਫਾਰਮ 'ਚੋਂ ਆਈ ਹੈ। ਸਿਹਤ ਬਹੁਤ ਸੋਹਣੀ ਹੈ, ਜ਼ਰੂਰ ਧਿਆਨ ਦਿਓ ਦੋਸਤੋ। ਜੇ ਪਸ਼ੂ ਰੱਖਣੇ ਆ ਤਾਂ ਗੱਭਣ ਹੋਏ ਪਸ਼ੂ ਦੀ ਸਿਹਤ ਇੱਦਾਂ ਦੀ ਹੋ ਜਾਣੀ ਚਾਹੀਦੀ ਹੈ ਸੂਣ ਤੋਂ ਪਹਿਲਾਂ। ਲਿੱਸਾ ਪਸ਼ੂ ਜਿਹੜਾ ਇੱਕ ਤਾਂ ਉਹਨੂੰ ਕਨਸੀਵ ਕਰਨ 'ਚ ਬਾਅਦ 'ਚ ਦਿੱਕਤ ਆਉਂਦੀ ਹੈ, ਦੂਜੀ ਗੱਲ ਉਹ ਦੁੱਧ ਵੀ ਪੂਰਾ ਨਹੀਂ ਦੇ ਸਕਦਾ ਜੇ ਸਿਹਤ ਉਹਦੀ ਪ੍ਰੋਪਰ ਨਾ ਰਿਕਵਰ ਹੋਵੇ ਜਦੋਂ ਸੂਣ ਤੋਂ ਪਹਿਲਾਂ ਪਸ਼ੂ ਜਿਹੜਾ ਉਹਦੀ ਸਿਹਤ ਦੀ ਜੇ ਆਪਾਂ ਗੱਲ ਕਰੀਏ। ਬਹੁਤ ਵੱਡੇ ਹਵਾਨੇ ਦੀ ਗਾਂ, ਕੱਦ ਕਾਠ ਵੀ ਚੰਗਾ ਅਤੇ ਢਿੱਲ ਤਾਂ ਤੁਸੀਂ ਦੇਖ ਸਕਦੇ ਹੋ, ਉਸ ਤੋਂ ਰਬੜਾਂ ਨੂੰ ਮਾਸ ਅਜੇ ਵੱਧਦਾ ਹਵਾਨੇ ਦਾ। ਜੇ ਆਪਾਂ ਇੱਥੋਂ ਦੇਖਦੇ ਹਾਂ ਤਾਂ ਹਵਾਨੇ 'ਤੇ ਨਾੜਾਂ ਤੁਸੀਂ ਦੇਖ ਸਕਦੇ ਹੋ, ਆਰਡਰ ਕੁਆਲਿਟੀ ਵੀ ਦੋਸਤੋ ਟੌਪ ਦੀ ਹੈ। ਅੱਗੇ ਇੱਕ ਹੋਰ ਵੈੜ ਬਹੁਤ ਚੰਗੇ ਕੱਦ ਕਾਠ ਦੀ, ਇਹ ਵੀ ਬੱਬੂ ਕੀ ਡਿਟੇਲ ਹੈ ਇਹਦੀ ਬਾਈ? ਦੂਜਾ ਸੂਆ ਕਿੰਨੇ ਕੁ ਦਿਨ ਲੈਂਦੀ ਹੈ ਇਹ? ਦੋ ਚਾਰ ਦਿਨ ਲਊ ਇਹ ਵੱਛੀ, ਤਿਆਰੀ 'ਚ ਹੀ ਹੈ? ਤਿਆਰੀ 'ਚ ਹੀ ਹਾਂਜੀ। ਠੀਕ ਹੈ, ਖੋਲੀ ਬਾਈ ਇਹਨੂੰ ਵੀ ਦੋਸਤੋ। ਦੂਜਾ ਸੂਆ ਆਰਡਰ ਕੁਆਲਿਟੀ ਇਹਦੀ ਵੀ ਜ਼ਬਰਦਸਤ ਹੈ, ਦੋ ਚਾਰ ਦਿਨ ਦੋ ਕੁ ਦਿਨ ਹੀ ਲਊਗੀ ਲੱਗਦਾ ਵੀ, ਜਿਵੇਂ ਛੇਤੀ ਵੈੜ ਨੇ ਸੂ ਪੈਣਾ ਇਹਨੇ। ਹਵਾਨਾ ਆਪਦਾ ਇਹ ਭਰੀ ਖੜੀ ਹੈ, ਬਾਕੀ ਤੋਰ ਦੱਸਦੀ ਹੈ ਵੀ ਹਵਾਨਾ ਜਿਹੜਾ ਪੱਟਾਂ ਦੇ ਸੰਨ 'ਚ ਕਿੰਨਾ ਕੁ ਤਕੜਾ ਹੋਊਗਾ। ਰੁੱਖ ਜਿਹੜਾ ਉਹ ਲੱਗਦਾ ਵੀ ਜਿਵੇਂ ਸੂਣ ਦੇ ਨੇੜ ਹੁੰਦੀ ਹੈ, ਚੰਗਾ ਕੱਦ ਦਾ ਵੈੜ ਦਾ ਵੇਲ ਚੰਗੀ ਹੈ, ਅਤੇ ਹੋ ਸਕਦਾ ਵੀ ਇਹਦੇ ਦੋਸਤੋ ਜਿਵੇਂ ਵੱਟ ਕਰਦਾ ਹੁੰਦਾ ਪਸ਼ੂ ਉਸ ਤਰ੍ਹਾਂ ਦੇ ਲੱਛਣ ਹੋ ਸਕਦਾ ਇਹ ਛੇਤੀ ਸੂਪੇ। ਪਰ ਆਰਡਰ ਕੁਆਲਿਟੀ ਇਹਦੀ ਵੀ ਪੂਰੀ ਤਕੜੀ ਬਣੀ ਪਈ ਹੈ, ਬਹੁਤ ਸੋਹਣਾ ਹਵਾਨਾ ਤਿਆਰ ਕਰੀ ਬੈਠੀ ਇਹ ਵੀ ਵੈੜ। ਇਦੋਂ ਅੱਗੇ ਵੈੜਾਂ ਹੋਰ ਹੈ, ਇਕੱਲਾ ਇਕੱਲਾ ਨਗ ਤੁਹਾਨੂੰ ਖੋਲ੍ਹ ਕੇ ਦਿਖਾਉਣਾ, ਡਿਟੇਲ ਬਾਈ ਇਹਨਾਂ ਬਾਰੇ ਦੱਸੀ ਜਾਊਗਾ ਬੱਬੂ। ਇਦੋਂ ਅੱਗੇ ਵੈੜ ਹੈ ਜਿਹੜੀ, ਹਾਂ ਬੰਨ ਦੇ ਨੂੰ ਅੰਦਰ ਬੰਨਣਾ ਦੋਸਤੋ, ਇਹ ਲੱਗਦਾ ਵੀ ਸੋਊਗੀ ਵੈੜ, ਇਹਦੇ ਕਰਕੇ ਇਹਨੂੰ ਅੰਦਰ ਬੰਨ ਦਿੰਦੇ, ਆਰਾਮ ਕਰੂਗੀ। ਉਦੋਂ ਬਾਅਦ ਦੂਜੀਆਂ ਗਾਵਾਂ ਬਾਰੇ ਪੁੱਛਦੇ ਹਾਂ। ਬਹੁਤ ਸੋਹਣੀ ਵੈੜ ਹੈ ਦੋਸਤੋ ਇਹ ਜਿਹੜੀ ਹੁਣ ਸੂਣ ਦੀ ਤਿਆਰੀ 'ਚ ਹੈ। ਹਵਾਨਾ ਪਛਾਣ ਨੂੰ ਵੀ ਫੁੱਲ ਦਿਖਾਉਂਦੀ ਹੈ, ਤੁਹਾਨੂੰ ਥੋੜ੍ਹਾ ਛਾਂ ਦੇ ਵਿੱਚ ਆਈ ਹੈ, ਉਹਦੇ ਕਰਕੇ ਤੁਹਾਨੂੰ ਇੱਥੇ ਤੋਰ ਕੇ ਦਿਖਾਤੀ। ਬਾਕੀ ਇਹਨੂੰ ਸਾਈਡ 'ਤੇ ਬੰਨਤਾ ਤਾਂ ਕਿ ਇਹਨੂੰ ਹੁਣ ਕੋਈ ਦਿੱਕਤ ਨਾ ਆਵੇ, ਦੂਜੀਆਂ ਗਾਵਾਂ ਪਰੇਸ਼ਾਨ ਨਾ ਕਰਨ। ਇਹ ਵੀ ਗਾਂ ਦੋਸਤੋ ਹਾਲਾਂਕਿ ਤੁਹਾਨੂੰ ਵਿਖਾਉਣੀ ਨਹੀਂ ਕਿ ਤਾਜ਼ੀ ਸੂਈ ਵੀ ਹੈ, ਪਰ ਬਹੁਤ ਟੌਪ ਦੀ ਵੈੜ ਹੈ ਵੀ, ਕੱਦ ਕਾਠ ਦੇਖ ਸਕਦੇ ਹੋ, ਵੇਲ ਦੇਖ ਸਕਦੇ ਹੋ। ਉਦੋਂ ਅੱਗੇ ਆਪਾਂ ਸ਼ੁਰੂ ਕਰਦੇ ਹਾਂ ਫਿਰ ਵੀਡੀਓ ਨੂੰ, ਜਿਹੜੀ ਕਾਲੀ ਗਾਂ ਦੇ ਨਾਲ ਗਾਂ ਖੜੀ ਹੈ ਇਸ ਤੋਂ। ਬੱਬੂ ਬਾਈ ਇਹਦਾ ਸੂਆ ਕਹਿੰਦਾ ਮੈਂ, ਇਹ ਦੂਜਾ ਸੂਆ ਵੱਛੀ ਹੈ ਜੀ, ਦੂਜਾ ਸੂਆ ਉਦੋਂ 4 ਦਿਨ ਦਾ ਜੀ। ਠੀਕ ਹੈ, ਇਹ ਕਿੰਨੇ ਦਿਨ ਲੈ ਜੂਗੀ ਹਜੇ? ਦਿਨ 10-12 ਦਿਨ ਵੱਛੀ ਲੈ ਜੀ, 10-12 ਦਿਨ ਲੈ ਜੂਗੀ ਇਹਨੂੰ ਵੀ, 40+ ਵਾਲੀ ਹੈ ਜੀ। ਠੀਕ ਹੈ, ਖੋਲ ਲਈ ਵੀਰੇ ਦੋਸਤੋ, ਦੂਜਾ ਸੂਆ ਤੇ 4 ਦੰਦ, ਬਹੁਤ ਸੋਹਣੇ ਮੂੰਹ ਮੱਥੇ ਦੀ ਆ, ਮੂੰਹ ਮੱਥਾ ਤੁਸੀਂ ਦੇਖ ਹੀ ਸਕਦੇ ਹੋ। ਐਚ ਐਫ ਦੀ ਇਹ ਵੀ ਖਾਸੀਅਤ ਆ, ਜਿੰਨਾ ਸੋਹਣਾ ਇਹਦਾ ਸਰੀਰ ਹੁੰਦਾ ਜਦੋਂ ਬਰੀਡ ਸੁਧਰਦੀ ਆ, ਤਾਂ ਓਨਾ ਹੀ ਸੋਹਣਾ ਇਹਦਾ ਮੂੰਹ ਵੀ ਬਣ ਜਾਂਦਾ। ਸੋਹਣਾ ਹਵਾਨਾ, ਥੋੜ੍ਹੇ ਜਿਹੇ ਪਿਛਲੇ ਥਣ ਲੱਗਦਾ ਵੀ ਹਜੇ ਨੇੜੇ ਰੱਖਦੀ ਹੈ, ਬਾਕੀ ਜਦੋਂ ਆਰਡਰ ਪੂਰਾ ਭਰ ਜੂਗੀ, ਹਵਾਨਾ ਪੂਰਾ ਭਰ ਜੂਗੀ, ਉਦੋਂ ਕਲੀਅਰ ਹੋ ਜੂਗਾ ਵੀ ਇਹ ਥਣਾਂ 'ਚ ਸਪੇਸ ਇਹਦੇ ਕਿੰਨੀ ਕੁ ਬਣਦੀ ਹੈ ਮਗਰਲੇ ਥਣਾਂ ਦੇ ਵਿੱਚ। ਅਗਲੇ ਪਿਛਲੇ ਥਣਾਂ 'ਚ ਬਹੁਤ ਬਿੱਥੀ ਹੈ, ਕੱਦ ਵੀ ਬਹੁਤ ਆ ਵੈੜ ਦਾ, ਅਤੇ ਵੇਲ ਵੀ ਤੁਸੀਂ ਦੇਖ ਰਹੇ ਹੋ। ਨੋਟ ਤੁਸੀਂ ਵੀਡੀਓ 'ਚੋਂ ਕਰ ਲਓਗੇ, ਮੇਰੇ ਖਿਆਲ 'ਚ ਜੱਜਮੈਂਟ ਹੋਈ ਜਾਂਦੀ ਹੈ ਇਸੇ ਤਰ੍ਹਾਂ ਹੀ, ਕਿਉਂਕਿ ਇਹ ਗਾਵਾਂ ਜਦੋਂ ਤੁਰਦੀਆਂ ਉਦੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਕੱਦ ਕਾਠ ਕਿੰਨਾ ਕੁ ਹੈ। ਅੱਗੇ ਇੱਕ ਬਹੁਤ ਸੋਹਣੀ ਵੈੜ ਆ, ਚੰਗੀ ਸੰਭੀ ਵੀ। ਬੱਬੂ ਕਹਿਣਵਾ ਸੂਆ ਬਾਈ, ਇਹ ਦੂਜਾ ਸੂਆ ਜੀ, 6 ਦੰਦ ਹੈ ਜੀ, ਦੂਜਾ ਸੂਆ 6 ਦੰਦ। ਠੀਕ ਹੈ, ਕਿੰਨੇ ਦਿਨ ਲੈ ਜੂਗੀ ਹਜੇ? ਦਿਨ ਇਹਦੇ 20 ਦਿਨ ਪਏ ਜੀ, 20 ਦਿਨ ਪਏ ਹੈ ਹਾਂਜੀ। ਠੀਕ ਹੈ, ਖੋਲੀ ਬਾਈ ਇਹਨੂੰ ਦੋਸਤੋ। ਮੇਰੇ ਖਿਆਲ 'ਚ ਇਸ ਜਿਹੜਾ ਅੱਜ ਦਾ ਤੁਹਾਨੂੰ ਲੋਟ 7-8 ਗਾਵਾਂ ਦਾ ਦਿਖਾਉਣਾ, ਸਾਰੀਆਂ ਗਾਵਾਂ ਦੇ ਵਿੱਚੋਂ ਚੰਗੀ ਸੰਭੀ ਵੀ, ਚੰਗੇ ਕੱਦ ਕਾਠ ਦੀ, ਚੰਗੀ ਵੇਲ ਦੀ ਵੈੜ ਹੈ, ਦੂਜਾ ਸੂਆ ਹੈ, ਸਿਹਤ ਦੇਖਣ ਵਾਲੀ, ਅਤੇ ਹਜੇ 20 ਦਿਨਾਂ ਦੀ ਕੱਚੀ ਆ। ਹਵਾਨਾ ਇਹ ਵੀ ਬਹੁਤ ਤਕੜਾ ਤਿਆਰ ਕਰੂਗੀ, ਕਿਉਂਕਿ 20 ਦਿਨ ਗਾਂ ਵਾਸਤੇ ਬਹੁਤ ਹੁੰਦੇ ਆ। ਗਾਂ ਦਾ ਤਾਂ ਇਹ ਸਿਸਟਮ ਹਾਂਜੀ, 50+ ਦੀ ਗਰੰਟੀ ਹੈ ਜੀ। ਅੱਛਾ, ਖੋਲੀ ਬਾਈ, ਬਾਈ ਇਧਰ ਬੋਲਿਆ ਬਾਈ ਬੰਨੀ, ਠੀਕ ਹੈ, 40-116 ਦੀ ਬਾਈ ਦੱਸਦਾ ਵੀ ਇਹ ਵੱਛੀ ਹੈ। ਸਿਹਤ ਦੋਸਤੋ ਇਹਨਾਂ ਦੀ ਇੱਦਾਂ ਦੀ ਹੈ ਵੀ ਜੇ ਇਹਨਾਂ ਦਾ ਇਰਾਦਾ ਹੋ ਜਾਵੇ ਤਾਂ ਇਹਨਾਂ ਨੂੰ ਕੋਈ ਖਿੱਚ ਨਹੀਂ ਸਕਦਾ, ਕਿਉਂਕਿ ਵੱਡੀਆਂ ਗਾਵਾਂ, ਤਾਕਤ ਵਾਲੀਆਂ ਗਾਵਾਂ ਹੁੰਦੀਆਂ ਇਹ। ਬਹੁਤ ਸੋਹਣੀ ਵੈੜ ਹੈ ਦੋਸਤੋ, ਇੱਥੋਂ ਤੁਸੀਂ ਅੰਦਰੋਂ ਇਹਨੂੰ ਚੰਗੀ ਤਰ੍ਹਾਂ ਦੇਖ ਲਓ, ਉਦੋਂ ਬਾਅਦ 'ਚ ਆਪਾਂ ਦੂਜੀਆਂ ਗਾਵਾਂ ਜਿਹੜੀਆਂ ਖੜੀਆਂ ਉਹਨਾਂ ਬਾਰੇ ਪੁੱਛਦੇ ਹਾਂ। ਬੱਬੂ ਇਹ ਵੈੜ ਕਿੰਨਵਾ ਸੂਆ ਸੂਪੀ? ਇਹ ਦੂਜਾ ਸੂਆ ਸੂਈ ਹੈ ਜੀ, ਦੂਜਾ ਸੂਆ। ਤੇ ਕਦੋਂ ਸੂਈ ਹੈ ਇਹ? ਇਹ ਕੱਲ ਸੂਈ ਹੈ ਜੀ ਸ਼ਾਮੀ। ਬੱਚਾ ਕੀ ਦਿੱਤਾ ਬੱਚਾ? ਦਾ ਬੱਚਾ ਪਰਲਾ ਜੀ, ਬੱਚਾ ਦਿੱਤਾ। ਹਾਂਜੀ, ਹੁਣ ਜਮਾ ਸਾਖਤੀ ਹੈ ਵੈੜ ਜਮਾ ਹੀ। ਠੀਕ ਹੈ, ਕਾਨੂੰਨ ਦਾ 35-36 ਕਿਲੋ ਦੁੱਧ ਪਾਇਆ ਹੋਇਆ ਜੀ। ਠੀਕ ਹੈ, ਯਾਨੀ 40+ ਜਾਣਾ ਚਾਹੀਦਾ, 40+ ਬੜੇ ਆਉਣਾ ਜਾਵੇ ਤਾਂ ਅੱਜ ਤੱਕ ਹਿੱਸਾ ਲਿਆ ਇਹ ਜੀ। ਠੀਕ ਹੈ ਹਾਂਜੀ ਦੋਸਤੋ, ਤਾਜ਼ੀ ਸੂਈ ਵੀ ਹੈ, ਦੂਜਾ ਸੂਆ, ਕੱਲ ਹੀ ਸੂਈ ਹੈ, ਅਤੇ ਬੱਚਾ ਵੱਛਾ ਦਿੱਤਾ। ਤੋਰ ਦੇ ਬਈ ਇਹਨੂੰ ਵੀ, ਇਹਦਾ ਵੀ ਕੱਦ ਬਹੁਤ ਆ, ਵੇਲ ਚੰਗੀ ਹੈ, ਸਮਝ ਇਹ ਵੀ ਚੰਗੀ ਆ। ਫਾਰਮ ਦੀ ਵੈੜ ਆ ਦੋਸਤੋ, ਜਿਹਨੂੰ ਪਸੰਦ ਆਵੇ ਹਵਾਨਾ ਤੁਸੀਂ ਇਹਦਾ ਹੁਣ ਦੇਖ ਲਓ,
हालांकि बाई दसदा भी बौले तो इन्हू खाली करता जिदे करके हवाना इस टाइम जिन्ना दिखाई है दुगना सी पहला पर थान थोनू दिखा दूंगा भी वैड ने किदा के क्ढे है इतों थोनू आइडिया होगा भी किन्ना क दुध दे सकती इन बन दे अंदर इनू भी सो ये भी बहुत सोहनी वैड है दसो बच्चा ए जरा वो बच्चा बहर धुप्पा वो करके गावान हजे भी छां के रखने की लड़ है थान दोस्तों देखो जरूर ये नोट करो थान बहुत सोहना थान चारे थान निखड़वे आ बिथी ते आ सहज भी बहुत सोहना कद वेल सारा कुछ ही चंगा वैड़ दा बच्चा ये बैठा जिहड़ा बच्चा इस गाने दिता इदू अगे वैड़ जिहड़ी तुहानू लास्ट ते दिखाउण बारे कहा सी दोस्तों इन्हें हवाना ही इदां दा तैयार किया भी तुहानू अखीर दे विच दिखा रहे हैं सोहनी वैड़ है बबू कन्नवा सूआ ये दूजा सूआ बई जी किन्ने क दिन लगेगी दिन बस तैयार ही है जी तैयार ही है हाँ जी ठीक है की उम्मीद है दुध दी दुध 50 तो उपरी दी उम्मीद है वैड़ दी 50 तो उत्ते चली जाऊगी 40 प्लस दा पलून दा प्योर दा मैं 6 दा दिखा दंदा दिखा रहे हैं बहुत वड्डा हवाना तैयार है जिहड़ी मैं गल करदा हुंदा वी एच एफ गां जिवें जिवें नेड़ आउंदी आ सून दे जदों दे कुछ टाइम ही रह जांदा तो उदों हवाना इवें बनाउणा शुरू कर दिंदियां क्योंकि इन्होंने हवाना जिहड़ा उह भरदा जाणा हुंदा जदों आपां 20 दिन कच्ची गां दी गल करदे हां तो उदों हवाना देख के कई वार अंदाजा नहीं हुंदा वी किन्ना कु दुध देऊगी पर जदों तैयारी च आ जांदी है उदों एस्टीमेट जिहड़े इदां दे हो जांदे दोस्तों वी जिन्ना कह देंगे उन्ना मन्निया ही जांदा क्योंकि थण हवाने तों पता लगना हुंदा गां दा वी उह किन्ना कु दुध पाउंदी है इह वी गां बहुत सोहणी दोस्तों सो अज जिहड़ी वीडियो बनाउणी सी उहदे च इह तुहानूं नाग दोस्तों दिखाउणे सी जिहड़े कुल सत्ते दिखाते हैं जिहड़ा भी पशु पसंद आवे आके आपदी तसली कर लो जे तसली दे नाल खरीदो नंबर 22 दा स्क्रीन उत्ते लगा धन्यवाद।